ਬੀਤੇ ਦਿਨ ਪੰਜਾਬ ਪੁਲਿਸ ਅਤੇ ਚੰਡੀਗੜ੍ਹ ਪੁਲਿਸ ਵੱਲੋਂ ਇੱਕ ਸਾਂਝੇ ਆਪਰੇਸ਼ਨ ਦੌਰਾਨ ਗੈਂਗਸਟਰ ਦਿਲਪ੍ਰੀਤ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਹੈਰਾਨੀਜਨਕ ਖੁਲਾਸੇ ਕੀਤੇ ਗਏ। ਐਸਐਸਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਦਿਲਪ੍ਰੀਤ ਦੀ ਗੱਡੀ ਵਿੱਚੋਂ ਕਾਫੀ ਸਮਾਨ ਬਰਾਮਦ ਕੀਤਾ ਗਿਆ ਹੈ। ਭੁੱਲਰ ਮੁਤਾਬਕ ਦਿਲਪ੍ਰੀਤ ਦੀ ਗੱਡੀ ਵਿੱਚੋਂ 30 ਬੋਰ ਦੀ ਪਿਸਟਲ ਤੇ ਰੌਂਦ ਵੀ ਮਿਲੇ। ਇਸ ਤੋਂ ਇਲਾਵਾ ਗੱਡੀ ਵਿੱਚੋਂ 30 ਬੋਰ ਦੀ ਰਾਈਫਲ ਸਣੇ ਰੌਂਦ, ਨਕਲੀ ਦਾੜੀ, ਹਾਕੀ ਰਾਡ ਆਦਿ ਸਮਾਨ ਵੀ ਬਰਾਮਦ ਹੋਇਆ ਹੈ। ਇਸ ਕੋਲੋਂ ਜਿਹੜੀ ਕਾਰ ਬਰਾਮਦ ਹੋਈ ਹੈ ਉਸਦਾ ਨੰਬਰ ਵੀ ਨਕਲੀ ਹੈ। ਭੁੱਲਰ ਨੇ ਵੀ ਦੱਸਿਆ ਕਿ ਦਿਲਪ੍ਰੀਤ ਦੀ ਸਹਿਯੋਗੀ ਹਰਪ੍ਰੀਤ ਕੌਰ ਜੋ ਨਵਾਂਸ਼ਹਿਰ ਦੇ ਵਾਹਿਗੁਰੂ ਨਗਰ ਵਿੱਚ ਰਹਿੰਦੀ ਹੈ ਉਸਦੇ ਘਰੋਂ ਵੀ ਅਸਲਾ 1 ਕਿਲੋ ਹੈਰੋਇਨ ਬਰਾਮਦ ਹੋਈ ਹੈ। ਐਸਐਸਪੀ ਭੁੱਲਰ ਦੇ ਮੁਤਾਬਕ ਦਿਲਪ੍ਰੀਤ 2017 ਤੋਂ ਚੰਡੀਗੜ੍ਹ ਵਿੱਚ 38C ਵਿੱਚ ਰਹਿ ਰਿਹਾ ਸੀ। ਜਲੰਧਰ ਰੂਰਲ ਪੁਲਿਸ ਔਰ ਪੰਜਾਬ ਪੁਲਿਸ ਕੀ ਇੰਟੈਲੀਜੈਂਸ ਵਿੰਗ ਜੋ ਹੈ ਉਹ ਜੁਆਇੰਟਲੀ ਪਰਸਿਊ ਕਰ ਰਹੇ ਥੇ ਕਿਉਂਕਿ ਬੜਾ ਵਾਂਟਡ ਕ੍ਰਿਮੀਨਲ ਥਾ ਔਰ ਉਸਮੇ ਹਮੇ ਆਜ ਕਾਮਯਾਬੀ ਮਿਲੀ ਔਰ ਟਿਪ ਆਫ ਵੀ ਥਾ ਕਿ ਵੋ ਬਸ ਸਟੈਂਡ ਚੰਡੀਗੜ੍ਹ ਕੇ ਪਾਸ ਆ ਰਹਾ ਹੈ ਤੋ ਵਹਾਂ ਪੇ ਪੁਲਿਸ ਪਾਰਟੀ ਕੇ ਸਾਥ ਜਬ ਇਸਕੋ ਰੋਕਾ ਗਿਆ ਔਰ ਉਸਕੇ ਬਾਅਦ ਇਸਨੇ ਆਗੇ ਸੇ ਫਾਇਰ ਕੀਆ ਤੋ ਜਵਾਬੀ ਫਾਇਰਿੰਗ ਮੇਂ ਇੰਜਰਡ ਹੋ ਕੇ ਇਸਕੀ ਅਰੈਸਟ ਹੋਈ। ਵਾਹਿਗੁਰੂ ਨਗਰ ਨਵਾਂ ਸ਼ਹਿਰ ਮੇਂ ਇੱਕ ਲੇਡੀ ਹਰਪ੍ਰੀਤ ਕੌਰ ਕਾ ਘਰ ਜੋ ਵਹਾਂ ਸੇ ਇਹ ਰਿਕਵਰੀਜ਼ ਹੋਈ ਹੈ। ਮੌਕੇ ਪੇ ਆਜ ਚੰਡੀਗੜ੍ਹ ਇੱਕ 0.30 ਬੋਰ ਕਾ ਪਿਸਟਲ ਔਰ ਉਸਕੇ ਸਾਥ ਜ਼ਿੰਦਾ ਕਾਰਤੂਸ ਔਰ ਇੱਕ 30 ਬੋਰ ਕੀ ਗਨ ਔਰ ਉਸਕੇ ਸਾਥ ਉਸਕੇ ਕਾਰਟ੍ਰਿਜਸ, ਇਸਕੇ ਇਲਾਵਾ ਨਕਲੀ ਦਾੜੀ ਔਰ ਮੂੰਛੇ ਔਰ ਨੰਬਰ ਪਲੇਟਸ ਔਰ ਕਾਫੀ ਇਤਰਾਜ਼ਯੋਗ ਵੈਸੇ ਚੀਜ਼ੇ ਇਸੇ ਬਰਾਮਦ ਹੋਈ ਤੋ ਨਵਾਂ ਸ਼ਹਿਰ ਮੇਂ ਜੋ ਰਿਕਵਰੀ ਹੋਈ ਹੈ ਉਸਮੇਂ ਇੱਕ 12 ਬੋਰ ਕੀ ਪੰਪ ਐਕਸ਼ਨ ਰਾਈਫਲ ਹੈ, ਇੱਕ ਪਿਸਟਲ ਹੈ ਔਰ ਉਸਕੇ ਇਲਾਵਾ 1 ਕਿਲੋਗ੍ਰਾਮ ਹੀਰੋਇਨ ਮਿਲੀ ਹੈ।